ਮਿਊਜ਼ਿਕ, ਮੂਵੀਜ਼, ਐਂਡੋਰਸਮੈਂਟਸ ਅਤੇ ਮੈਗਜ਼ੀਨਸ, ਹਰ ਇੱਕ ਜਗ੍ਹਾ 'ਤੇ ਸਿਰਫ ਨਾਮ ਹੈ ਜੀ ਸਾਡੇ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਦਾ। ਅਤੇ ਇਹ ਨਾਮ ਬੋਲੀਵੁੱਡ ਅਤੇ ਬਾਲੀਵੁੱਡ ਫਿਲਮਾਂ ਦੇ ਨਾਲ ਨਾਲ ਸਾਊਥ ਇੰਡੀਅਨ ਫਿਲਮਸ ਦੇ ਵਿੱਚ ਵੀ ਨਜ਼ਰ ਆ ਸਕਦਾ ਹੈ, ਕਿਉਂਕਿ ਦਲਜੀਤ ਦੋਸਾਂਝ ਨੇ ਹਾਲ ਹੀ ਦੇ ਵਿੱਚ ਆਪਣੀ ਸਾਊਥ ਇੰਡੀਅਨ ਫਿਲਮਸ ਦੇ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਇੱਕ ਇੰਟਰਵਿਊ ਦੇ ਦੌਰਾਨ ਦਲਜੀਤ ਦੋਸਾਂਝ ਨੇ ਕਿਹਾ ਹੈ ਕਿ ਉਹਨਾਂ ਨੂੰ ਸਾਊਥ ਇੰਡੀਅਨ ਫਿਲਮਸ ਬਹੁਤ ਹੀ ਜ਼ਿਆਦਾ ਪਸੰਦ ਨੇ ਅਤੇ ਉਹਨਾਂ ਦੇ ਮੇਕਅਪ ਆਰਟਿਸਟ ਵੀ ਸਾਊਥ ਇੰਡੀਅਨ ਹੀ ਹਨ, ਜੋ ਕਿ ਉਹਨਾਂ ਨੂੰ ਸਾਊਥ ਇੰਡੀਅਨ ਐਕਟਰਸ ਦੇ ਨਾਮ ਦੱਸਦੇ ਰਹਿੰਦੇ ਨੇ। ਅਤੇ ਜੇ ਉਹਨਾਂ ਨੂੰ ਕਿਸੇ ਚੰਗੀ ਸਾਊਥ ਇੰਡੀਅਨ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਉਹ ਜ਼ਰੂਰ ਕਰਨਾ ਚਾਹੁੰਣਗੇ। ਦਲਜੀਤ ਦੋਸਾਂਝ, ਜਿਨ੍ਹਾਂ ਨੇ ਬੋਲੀਵੁੱਡ ਦੇ ਵਿੱਚ ਸਾਲ 2011 ਦੀ ਫਿਲਮ ਦੀ ਲਾਇਨ ਆਫ ਪੰਜਾਬ ਦੇ ਨਾਲ ਆਪਣਾ ਡੈਬਿਊ ਕੀਤਾ ਸੀ, ਉੱਥੇ ਹੀ ਉਹਨਾਂ ਨੇ ਬੋਲੀਵੁੱਡ ਦੇ ਵਿੱਚ 2016 ਦੀ ਬਲੋਕਬਸਟਰ ਫਿਲਮ ਉੜਤਾ ਪੰਜਾਬ ਦੇ ਨਾਲ ਆਪਣਾ ਡੈਬਿਊ ਕੀਤਾ ਸੀ। ਅਤੇ ਕੀ ਹੁਣ ਉਹ 2019 ਦੇ ਵਿੱਚ ਆਪਣਾ ਸਾਊਥ ਇੰਡੀਅਨ ਫਿਲਮਸ ਡੈਬਿਊ ਕਰ ਪਾਉਣਗੇ ਕਿ ਨਹੀਂ, ਇਹ ਤਾਂ ਜੀ ਵਕਤ ਹੀ ਦੱਸੇਗਾ। ਟਿਲ ਦੈਨ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਦਲਜੀਤ ਦੋਸਾਂਝ ਦੀ ਇਸ ਇੱਛਾ ਬਾਰੇ। ਅਤੇ ਅਜੇ ਇੰਟਰਸਟਿੰਗ ਨਿਊਜ਼ ਦੇ ਲਈ ਤੁਸੀਂ ਦੇਖਦੇ ਰਹੋ ਗੂਗਲ ਬੋਲੀਵੁੱਡ।